ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਦਰ ਕੇਹਾ ਸੋ ਕਰ ਕੇਹਾ ਜਿਤ ਵਹਿ ਸਰਬ ਸੁਮਾਲੇ ਵਾਜੇ ਨਾਦ ਅਨੇਕ ਅ ਸੰਖਾਂ ਕੀਤੇ ਵਾ ਵਣਹਾਰੇ ਕੀਤੇ ਰਾਗ ਪਰਿ ਸੋ ਕਹੀਅਨ ਕੀਤੇ ਗਾ ਵਣਹਾਰੇ ਗਾਵੇ ਤੁਹ ਨੂੰ ਪਾਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸੁਵਾਰੇ ਗਾਵੇ ਇੰਦ ਇੰਦ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸੁਮਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਬੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹੁਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ 68 ਤੀਰਤ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਕਾਣੀ ਚਾਰੇ ਗਾਵੈ ਖੰਡ ਮੰਡਲ ਬ੍ਰਹ ਪੰਡਾ ਕਰ ਕਰ ਰੱਖੇ ਧਾਰੇ ਸੇਈ ਤੁਦਨ ਗਾਵੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨ ਚਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿੰਨ ਉਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਬ ਤਿਸ ਦੀ ਵੜਾਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੁ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੁ ਸਾਹਾ ਪਾਤੂ ਸਾਹਿਬ ਨਾਨਕ ਰਹਿਣ ਰਜ਼ਾਈ ਵਾਹਿਗੁਰੂ ਕੀ ਕਲਸਾ ਵਾਹਿਗੁਰੂ ਦੀ ਜਿੱਫਤ ਹੈ ਇਹ ਜੋ ਵਿਚਾਰ ਆ ਦੀਨ ਜਪਜੀ ਸਾਹਿਬ ਦੀ 27 ਨੰਬਰ ਪੌੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤੁਹਾਨੂੰ ਐਸੀਆਂ ਬੇਅੰਤ ਰਚਨਾਵਾਂ ਪਾਠ ਦਰਸ਼ਨ ਦੀਦਾਰ ਕਰਦੇ ਆ ਮਿਲਣਗੀਆਂ ਜਿਹੜੀਆਂ ਗੁਰਬਾਣੀ ਵਿੱਚ अनेकाਵਾਰ ਦਰਜ ਨੇ ਜਿਵੇਂ ਮੂਲ ਮੰਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ अनेकाਵਾਰ ਆਇਆ ਹੈ ਕਈ ਕਈ ਪਾਵਨ ਪਵਿੱਤਰ ਬਾਣੀ ਦੇ ਅੰਦਰ ਐਸੇ ਵੀ ਬੋਲ ਨੇ ਜਿਹੜੇ ਦੋ ਦੋ ਥਾਵਾਂ ਤੇ ਵੀ ਦਰਜ ਮਿਲਦੇ ਨੇ ਜਿਵੇਂ ਹੁਨੇ ਹੁਨੇ ਆਪ ਸੰਗਤ ਨੇ ਇਹ ਪਾਵਨ ਪਵਿੱਤਰ ਜਪਜੀ ਸਾਹਿਬ ਦੀ 27 ਨੰਬਰ ਪੌੜੀ ਪਾਠ ਰੂਪ ਰਾਈਂ ਸ਼ਰਵਨ ਕੀਤੀ ਹੈ ਇਹ ਪੌੜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਤਿੰਨ ਥਾਵਾਂ ਤੇ ਦਰਜ ਤੁਹਾਨੂੰ ਪਾਠ ਰੂਪ ਰਾਈਂ ਦਰਸ਼ਨ ਦੀਦਾਰ ਕਰਦਿਆਂ ਮਿਲੇਗੀ ਇੱਕ ਤਾਂ ਜਦੋਂ ਆਸਾ ਰਾਗ ਪ੍ਰারম্ভ ਹੁੰਦਾ ਹੈ ਆਸਾ ਰਾਗ ਦੀ ਪ੍ਰারম্ভਤਾ ਦੇ ਵਿੱਚ ਤੁਹਾਨੂੰ ਇਹ ਸੋਦਰ ਦੀ ਪੌੜੀ ਮਿਲੇਗੀ ਦੂਸਰਾ ਸੀ ਤੁਸੀਂ ਜਦੋਂ ਰੋਜ਼ਾਨਾ ਸੋਦਰ ਦੀ ਬਾਣੀ ਦਾ ਜਾਪ ਕਰਦੇ ਆਂ ਤੇ ਸੋਦਰ ਦੀ ਬਾਣੀ ਦੇ ਪ੍ਰারੰਭ ਹੀ ਇਸ ਪੌੜੀ ਨਾਲ ਹੁੰਦਾ ਹੈ ਇੱਕ ਜੋ ਵਿਚਾਰ ਅਧੀਨ ਪੌੜੀ ਚੱਲ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਪਜੀ ਸਾਹਿਬ ਵਿੱਚ ਵੀ 27 ਨੰਬਰ ਪੌੜੀ ਇਹ ਦਰਜ ਹੈ ਹੋਰ ਆਪ ਸੰਗਤ ਦੇ ਗਿਆਨ ਵਿੱਚ ਵਾਅਦਾ ਕਰਦੇ ਆਂ ਬਈ ਜਦੋਂ ਅਸੀਂ ਪਾਠ ਦਰਸ਼ਨ ਦੀਦਾਰ ਬਾਣੀ ਪੜਨੀ ਹੈ ਬਾਣੀ ਪੜਨਾ ਵਿਚਾਰਨਾ ਬੜਾ ਧਿਆਨ ਦਾ ਵਿਸ਼ਾ ਹੈ ਜੇ ਧਿਆਨ ਨਹੀਂ ਦੇਵਾਂਗੇ ਤੇ ਸਾਡੀ ਸਮਝ ਵਿੱਚ ਗੱਲ ਨਹੀਂ ਆਏਗੀ ਵੀ ਗੁਰੂ ਸਾਹਿਬ ਇਸ ਪਾਵਨ ਪਵਿੱਤਰ ਰਚਨਾ ਦੇ ਰਾਹੀਂ ਸਾਨੂੰ ਕੀ ਉਪਦੇਸ਼ ਦੇ ਰਹੇ ਨੇ ਗੁਰੂ ਕੇ ਉਪਦੇਸ਼ ਨੂੰ ਸਮਝਣ ਵਾਸਤੇ ਸਾਨੂੰ ਆਪਣਾ ਧਿਆਨ ਗੁਰੂ ਉਪਦੇਸ਼ ਵਾਲੇ ਪਾਸੇ ਬਣਾਉਣਾ ਪੈਗਾ ਜਦੋਂ ਬਣਾਵਾਂਗੇ ਤੇ ਪਾਠ ਕਰਦਿਆਂ ਜਿਹੜੀ ਪੌੜੀ ਅਸੀਂ ਸਵੇਰੇ ਜਪਜੀ ਸਾਹਿਬ ਵਿੱਚ 27 ਨੰਬਰ ਵਿੱਚ ਪੜ੍ਹੀਏ ਜਦੋਂ ਸ਼ਾਮ ਨੂੰ ਉਹੀ ਪੌੜੀ ਸੋਦਰ ਦੇ ਰੂਪ ਵਿੱਚ ਪੜਾਂਗੇ ਤੇ ਇਹਦੇ ਵਿੱਚ ਵਿਦਵਾਨਾਂ ਦੀ ਵਿਚਾਰ ਹੈ ਵੀ 51 ਲਗਾ ਮਾਤਰਾ ਅੱਖਰ ਦਾ ਬਾਦ ਘਾਟ ਇਸ ਤਰ੍ਹਾਂ ਦਾ ਹੈ ਵੀ 51 ਉਚਾਰਨ ਜਿਹੜੇ ਉਹ ਜਪਜੀਤ ਦੀ ਇਸ 27 ਨੰਬਰ ਪੌੜੀ ਨਾਲ ਸੋਧਰਦੇ ਨਹੀਂ ਮਿਲਦੇ। ਤੋਂ ਸਾਨੂੰ ਜਦੋਂ ਪਾਠ ਕਰਨਾ ਹੈ ਉਦੋਂ ਧਿਆਨ ਬਣਾਉਣਾ ਪੈਗਾ ਜੇ ਧਿਆਨ ਨਾ ਬਣਿਆ ਤੇ ਕਈ ਵਾਰ ਬੇਧਿਆਨੀ ਵਿੱਚ ਪਾਠ ਸੋਧਰਦਾ ਕਰ ਰਹੇ ਆ ਪਰ ਪੌੜੀ ਜਪਜੀ ਸਾਹਿਬ ਦੀ ਪੜੀ ਜਾਏਗੀ। ਪਾਠ ਜਪਜੀ ਸਾਹਿਬ ਦਾ ਕਰ ਰਹੇ ਆ ਪਰ ਬੇਧਿਆਨੀ ਵਿੱਚ ਪੌੜੀ ਸੋਦਰ ਦੀ ਉਚਾਰੀ ਜਾਏਗੀ। ਤੋਂ ਇਹ ਧਿਆਨਯੋਗ ਬਾਤ ਐ ਵੀ ਜਦੋਂ ਪਾਠ ਕਰੀਏ ਉਦੋਂ ਸਾਡੇ ਸਿਰਫ ਅਖਾਂ ਜਾਂ ਕਾਨੀ ਨਾਲ ਸੁਨ ਨਾਲ-ਨਾਲ ਸੁਰਤ ਵੀ ਜਿਹੜੀ ਉਹ ਸ਼ਬਦ ਦੇ ਉੱਪਰ ਅ ਟਿਕੇ ਸਾਨੂੰ ਪਤਾ ਚੱਲੇ ਵੀ ਇਹਦੇ ਵਿੱਚਲਾ ਉਪਦੇਸ਼ ਕੀ ਐ। ਤੋ ਆਓ ਆਪਾਂ ਰਲ ਮਿਲ ਕੇ ਗੁਰੂ ਕੀ ਇਸ ਪਾਵਨ ਪਵਿੱਤਰ ਵਿਚਾਰਾ ਦੀਨ ਅੰਮ੍ਰਿਤ ਪਉੜੀ ਦੀ ਵਿਚਾਰ ਨਾਲ ਜੁੜਨਾ ਹੈ ਤਾਂ ਜਿਤਨੇ ਮਾਈ ਭਾਈ ਆਪ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਹੋ ਆਓ ਰਸਨਾ ਦੀ ਪਵਿੱਤਰਤਾ ਦੇ ਲਈ ਆਪਣੀਆਂ ਹਾਜ਼ਰੀਆਂ ਗੁਰੂ ਦਰਬਾਰ ਲਵਾਉਣ ਲਈ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਸੋ ਦਰ ਕੇਹਾ ਸੋ ਘਰ ਕੇਹਾ ਜਿਤ ਵਹਿ ਸਰਬ ਸਮਾਲੇ ਵਿਚਾਰ ਦੀਨ ਪਾਵਨ ਪਵਿੱਤਰ ਇਸ ਪੌੜੀ ਦੀ ਪ੍ਰারম্ভਤਾ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਨੇ ਉਹਦੇ ਵਿੱਚ ਹਜ਼ੂਰ ਬਖਸ਼ਿਸ਼ ਕਰਦੇ ਨੇ ਕਿ हे ਪ੍ਰਭੂ ਵੈਗੁਰੂ ਜੀ ਤੁਹਾਡਾ ਉਹ ਦਰ ਘਰ ਬੜਾ ਹੀ ਅश्चर्य ਬੜਾ ਹੈਰਾਨ ਕਰਨ ਵਾਲਾ ਹੈ ਜਿੱਥੇ ਬਹਿ ਕੇ ਤੁਸੀਂ ਤਮਾਮ ਜੀਵਾਂ ਦੀ ਸੰਭਾਲ ਕਰਦੇ ਹੋ ਜਿੱਥੇ ਤੁਸੀਂ ਬਿਰਾਜ਼ਮਾਨ ਹੋ ਕੇ ਤਮਾਮ ਜੀਵਾਂ ਦੀ ਸੰਭਾਲ ਕਰ ਰਹੇ ਹੋ ਰਖਵਾਲੀ ਕਰ ਰਹੇ ਹੋ ਤੁਸੀਂ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਉਹਨਾਂ ਦਾ ਰਚਿਤ ਮਹਾਨ ਕੋਸ਼ ਪੜੋ ਉਹਦੇ ਵਿੱਚ ਫੋਲਦੇ ਜਾਓ ਫੋਲਦੇ ਜਾਓ ਲੱਭਦੇ ਜਾਓ ਲੱਭਦੇ ਜਾਓ ਤੁਸੀਂ ਸੋਦਰ ਦੇ ਸ਼ਬਦ ਦੇ ਮੁਤਲਕ ਜਾਣਕਾਰੀ ਲੈਣੀ ਤੇ ਤੁਸੀਂ ਹਿੰਮਤ ਕਰਕੇ ਥੋੜਾ ਜਆ ਅੱਗੇ ਪਿੱਛੇ ਉਹਦੇ ਪੰਨੇ ਪਰਤੋ ਸੋਦਰ ਸ਼ਬਦ ਤੇ ਜਾ ਕੇ ਜਦੋਂ ਤੁਸੀਂ ਉੱਥੇ ਭਾਈ ਸਾਹਿਬ ਹਰਾਂ ਦੀ ਦਿੱਤੀ ਵਿਚਾਰ ਪੜੋਗੇ ਤੋ ਕਹਿੰਦੇ ਨੇ ਵੀ ਕਈ ਸਾਡੇ ਅਨਜਾਨ ਵੀਰ ਜਦੋਂ ਬਾਣੀ ਦੇ ਅਰਥ ਕਰਦੇ ਨੇ ਤੇ ਉਹਨਾਂ ਇੱਕ ਇਹ ਸਾਖੀ ਇਸ ਪ੍ਰਕਾਰ ਦੀ ਨਾਲ ਇਸ ਪੌੜੀ ਦੇ ਗੰਢ ਦਿੱਤੀ ਲਿਖ ਦਿੱਤੀ ਬਈ ਗੁਰੂ ਨਾਨਕ ਸਾਹਿਬ ਪ੍ਰਮਾਤਮਾ ਦੇ ਦਰ ਘਰ ਤੇ ਗਏ ਤੇ ਉਥੇ ਜਾ ਕੇ ਉਹ ਇਹ ਪੌੜੀ ਉਚਾਰਦੇ ਨੇ ਵੀ ਵਾਹਿਗੁਰੂ ਤੇਰਾ ਇਹ ਦਰ ਘਰ ਬੜਾ ਅਚਰਜ ਕਰੋਨਾ ਦੀ ਵਿਚਾਰ ਹੈ ਬਈ ਜੇ ਇਸ ਪ੍ਰਕਾਰ ਅਸੀਂ ਇਹ ਅਰਥ ਮੰਨ ਲਈਏ ਵੀ ਰੱਬ ਦੇ ਘਰੇ ਜਾ ਕੇ ਪਉੜੀ ਉਚਾਰਨ ਕੀਤੀ ਤੇ ਫਿਰ ਉਚਾਰਨੇ ਸੀ ਇਹ ਨਹੀਂ ਸੀ ਬੰਨਾ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਡੇ ਸਾਹਮਣੇ ਕੀਤਾ ਹੈ ਫਿਰ ਉਚਾਰਨ ਕੀ ਬੰਨਾ ਸੀ ਅਸੀਂ ਆਪਾਂ ਇਸ ਗੁਰੂ ਘਰ ਵਿੱਚ ਬੈਠੇ ਆਂ ਗੱਲ ਇਸੇ ਗੁਰੂ ਘਰ ਦੀ ਕਰੀਏ ਤਿਆ ਆਪਾਂ ਇਹ ਕਵਾਂਗੇ ਨਾ ਵੀ ਆਹ ਗੁਰੂ ਘਰ ਦੀ ਬਿਲਡਿੰਗ ਇਦਾਂ ਦੀ ਬਣੀ ਆ ਘਰ ਇਦਾਂ ਬਣਿਆ ਇੱਥੇ ਲੰਗਰ ਆਲ ਬਣਿਆ ਇੱਥੇ ਸੰਗਤ ਨੇ ਜੋੜੇ ਉਤਾਰਨੇ ਨੇ ਆਪਾਂ ਇੱਥੇ ਖੜੋ ਕੇ ਗੱਲ ਜਦੋਂ ਵੀ ਕਰਾਂਗੇ ਉਹ ਇਸ ਵਿਸ਼ੇ ਤੋਂ ਕਰਾਂਗੇ ਵੀ ਆਹ ਗੁਰੂ ਘਰ ਭਾਈ ਕਾਨ ਸਿੰਘ ਨਾਭਾ ਕਹਿੰਦੇ ਜੇ ਰੱਬ ਦੇ ਮਨ ਲਓ ਵੀ ਦਾਰਤੇ ਜਾ ਕੇ ਪੌੜੀ ਦਾ ਉਚਾਰਨ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਮੰਨ ਲਿਏ ਤੇ ਫਿਰ ਪੌੜੀ ਇਦਾਂ ਨਹੀਂ ਸੀ ਉਚਾਰੀ ਜਾਣੀ ਫਿਰ ਪੌੜੀ ਦਾ ਉਚਾਰਨ ਬੰਨਾ ਸੀ ਇਹ ਦਰ ਕਿਹਾ ਇਹ ਘਰ ਕਿਹਾ ਕਿਉਂਕਿ ਜਿੱਥੇ ਖਲੋਤੇ ਆ ਆਪਾਂ ਕਿਸੇ ਘਰ ਬੈਠੇ ਆ ਉਸ ਘਰ ਵਿੱਚ ਜਦੋਂ ਵੀ ਗੱਲ ਕਰੀਏ ਤੇ ਉਸ ਘਰ ਦੇ ਵਿੱਚ ਬੈਠੇ ਕਰਾਂਗੇ ਨਾ ਵੀ ਇਸ ਘਰ ਵਿੱਚ ਇੱਥੇ ਰਸੋਈ ਹੈ ਇੱਥੇ ਬੈਡਰੂਮ ਹੈ ਇੱਥੇ ਆਏ ਇੱਥੇ ਆਏ ਇਹ ਨਹੀਂ ਵੀ ਘਰ ਉਸ ਵਿੱਚ ਬੈਠੇ ਆ ਤੇ ਅਸੀਂ ਕਹੀਏ ਵੀ ਉਹ ਘਰ ਕਿਦਾਂ ਦਾ ਹੈ ਉਹ ਘਰ ਕਿਦਾਂ ਦਾ ਹੈ ਫਿਰ ਗੱਲ ਨਹੀਂ ਬਣੇਗੀ। ਤੋਂ ਭਾਈ ਕਾਂਦ ਸਿੰਘ ਨਾਭਾ ਜੀ ਲਿਖਦੇ ਨੇ ਵੀ ਮੈਨੂੰ ਇਓਂ ਪ੍ਰਤੀਤ ਹੁੰਦਾ ਹੈ ਵੀ ਜਿਵੇਂ ਇਸ ਤਰ੍ਹਾਂ ਦੇ ਅਰਥ ਕਰਨ ਵਾਲਿਆਂ ਨੂੰ ਇਹ ਪਤਾ ਹੀ ਨਹੀਂ ਬਈ ਭਾਸ਼ਾ ਜਦੋਂ ਸਿਵਤਸਲਾ ਰੱਬ ਦੀ ਕਰਨੀ ਉਥੇ ਉਚਾਰਨ ਪੱਖ ਕਿਵੇਂ ਦਾ ਬਣਨਾ ਹੈ। ਅੱਜ ਪੌੜੀ ਦੀ ਪ੍ਰਣੰਭਤਾ ਵਿੱਚ ਹਜ਼ੂਰ ਜੋ ਬਖਸ਼ਿਸ਼ ਕਰ ਰਹੇ ਨੇ ਪਾਵਨ ਪਵਿੱਤਰ ਬੋਲ ਕੇ ਸੋ ਦਰ ਕਿਹਾ ਸੋ ਕਰ ਕੇਹਾ ਜਿਤ ਬਹਿ ਸਰਬ ਸੰਭਾਲੇ ਏ ਵੈਗੁਰੂ ਜੀ ਤੁਹਾਡਾ ਉਹ ਦਾਰ ਘਰ ਬੜਾ ਅਚਰਜ ਹੈ ਜਿੱਥੇ ਬਹਿ ਕੇ ਤੁਸੀਂ ਤਮਾਮ ਜੀਵਾਂ ਦੀ ਸਰਬ ਜੀਵਾਂ ਦੀ ਸੰਭਾਲ ਕਰ ਰਹੇ ਹੋ ਵਾਜੇ ਨਾਦ ਅਨੇਕ ਅ ਸੰਖਾ ਕੀਤੇ ਭਾਵਨ ਹਾਰੀ ਏ ਵੈਗੁਰੂ ਜੀ ਤੁਹਾਡੀ ਇਸ ਕੁਦਰਤ ਦੇ ਅੰਦਰ ਅਨੇਕਾਂ ਪ੍ਰਕਾਰ ਦੇ ਸੰਗੀਤ ਦੇ ਵਾਜੇ ਉਵਾਜ ਰਹੇ ਨੇ ਬਿਆੰਤ ਪ੍ਰਕਾਰ ਦਾ ਸੰਗੀਤ ਤੇ ਬਿਆੰਤ ਪ੍ਰਕਾਰ ਦੇ ਉਹ ਸੰਗੀਤ ਦੇ ਉਚਾਰਨ ਕਰਤਾ ਉਹਨਾਂ ਨੂੰ ਵਜਾਉਣ ਵਾਲੇ ਹਨ ਕਿਤੇ ਰਾਗ ਪਰਿਸੀਓ ਕਹੀਅਨ ਕਿਤੇ ਗਾਵਣ ਹਾਰੇ ਹੇ ਵੈ ਗੁਰੂ ਜੀ ਤੁਹਾਡੀ ਇਸ ਕੁਦਰਤ ਦੇ ਅੰਦਰ ਅਨੇਕਾਂ ਰਾਗ ਨੇ ਔਰ ਕੱਲੇ ਰਾਗ ਨਹੀਂ ਕਹਿੰਦੇ ਨੇ ਕੇਤੇ ਰਾਗ ਪਰਿ ਸੋ ਕਹੀਨ ਕੇਤੇ ਗਾਵਨ ਹਾਰੇ ਤੁਹਾਡੀ ਇਸ ਕੁਦਰਤ ਵਿੱਚ ਅਨੇਕਾਂ ਪ੍ਰਕਾਰ ਦਾ ਸੰਗੀਤ ਹੈ ਤੇ ਅਨੇਕਾਂ ਹੀ ਇਸ ਪ੍ਰਕਾਰ ਦੇ ਸੰਗੀਤ ਨੂੰ ਗਾਉਣ ਵਾਲੇ ਹਨ ਗਾਵੇ ਤੁਹਾਨੂੰ ਪਾਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਤੋ ਹਜ਼ੂਰ ਬਖਸ਼ਿਸ਼ ਕਰਦੇ ਨੇ ਗੁਰੂ ਸواری ਸਾਧ ਸੰਗਤ ਕੇ へ ਵੈ ਗੁਰੂ ਜੀ ਤੁਹਾਡੇ ਇਸ ਤਮਾਮ ਦਰ ਘਰ ਦੇ ਅੰਦਰ ਪੈਦਾ ਕੀਤੀ ਹੋਈ ਜਿਹੜੀ ਕੁਦਰਤ ਹੈ ਜਿੰਨੂੰ ਅਸੀਂ ਮਾਇਆ ਵੀ ਕਹਿੰਨੇ ਆ ਕਹਿੰਦੇ ਨੇ ਉਹਦੇ ਅੰਦਰ ਜਿੱਥੇ ਅਨੇਕਾਂ ਪ੍ਰਕਾਰ ਦੇ ਸੰਗੀਤਮਈ ਧੁਨਾ ਰਾਗ ਰਾਗਣੀਆਂ ਗਾਉਣ ਵਾਲੇ ਉਥੇ ਨਾਲ-ਨਾਲ ਕਹਿੰਦੇ ਨੇ ਹੇ ਵੈਗਰੂ ਤੁਹਾਨੂੰ ਕਿਹੜੇ ਕਿਹੜੇ ਗਾ ਰਹੇ ਨੇ ਹੁਣ ਸੁਣਿਓ ਗੁਰੂ ਸਾਹਿਬ ਦੱਸਣਗੇ ਬਈ ਇਹ ਵੀ ਰੱਬ ਨੂੰ ਗਾ ਰਹੇ ਨੇ ਹੇ ਵੈਗਰੂ ਇਹ ਵੀ ਤੁਹਾਨੂੰ ਤਿਹਾ ਰਹੇ ਨੇ ਇਹ ਵੀ ਤਿਹਾ ਰਹੇ ਨੇ ਇਹ ਵੀ ਗਾ ਰਹੇ ਨੇ ਇਹ ਵੀ ਤੁਹਾਡੀ ਸਿਫਤ ਕਰ ਰਹੇ ਨੇ ਤੋ ਹਜ਼ੂਰ ਕਹਿੰਦੇ ਨੇ ਗਾਵੇਂ ਤਹਨੋਂ ਪੌਣ ਪਾਣੀ ਬੈਸੰਤਰ ਪੌਣ ਹਵਾ ਪਾਣੀ ਤੁਸੀਂ ਸਮਝਦੇ ਹੋ ਬੈਸੰਤਰ ਦਾ ਅਰਥ ਹੈ ਅੱਗ ਏ ਬੈਗੁਰੂ ਤੁਹਾਡੀ ਕੁਦਰਤ ਦੇ ਅੰਦਰ ਪੈਦਾ ਕੀਤੇ ਹੋਏ ਪੌਣ ਪਾਣੀ ਤੇ ਅੱਗ ਇਹ ਵੀ ਤੁਹਾਨੂੰ ਗਾ ਰਹੇ ਨੇ ਕਿਉਂ ਕਿਉਂਕਿ ਤੁਹਾਡੇ ਹੁਕਮ ਵਿੱਚ ਨੇ ਤੁਹਾਡੀ ਰਜ਼ਾ ਵਿੱਚ ਹੀ ਪੌਣ ਹੈ ਤੁਹਾਡੀ ਰਜ਼ਾ ਵਿੱਚ ਹੀ ਪਾਣੀ ਹੈ ਤੁਹਾਡੀ ਰਜ਼ਾ ਵਿੱਚ ਹੀ ਅਗਨ ਹੈ ਤੁਹਾਡੇ ਹੁਕਮ ਤੋਂ ਬਾਹਰ ਹੀ ਕੁਝ ਨਹੀਂ ਤੋਂ ਗੁਰੂ ਸواری ਸਾਧ ਸੰਗਤ ਹਜ਼ੂਰ ਕਹਿੰਦੇ ਨੇ ਏ ਵੈ ਗੁਰੂ ਜਿੱਥੇ ਤੁਹਾਨੂੰ ਪੌਣ ਹਵਾ ਗਾ ਰਹੀ ਹੈ ਉਥੇ ਪਾਣੀ ਵੀ ਤੁਹਾਡੇ ਹੁਕਮ ਵਿੱਚ ਹੈ ਨਿਜ਼ਮ ਬੰਧ ਹੈ ਉਥੇ ਅੱਗ ਵੀ ਇਹ ਵੀ ਹੁਕਮ ਵਿੱਚ ਹੈ ਥੋੜਾ ਜੇ ਇਸ ਵਿਸ਼ੇ ਨੂੰ ਸਮਝ ਲਈਏ ਕਿਉਂਕਿ ਅਸੀਂ ਸੰਸਾਰੀਆਂ ਸਾਡੇ ਸੰਸਾਰੀਆਂ ਦੀ ਸਮਝ ਵਿੱਚ ਇਹ ਬੋਲ پکڑ ਚ ਨਹੀਂ ਆਏ ਔਰ ਮਾੜੀ ਜੀ ਗੱਲ پکڑ ਤੋਂ ਬਾਹਰ ਗਈ ਤੇ ਫੇਰ ਉਹ ਸਾਰੀ ਕਹਾਣੀ ਉਲਟ ਹੋ ਜਾਏਗੀ ਮਮੂਲੀ ਜੀ ਗੱਲ ਵੀ ਅਸੀਂ ਧਿਆਨ ਨਾ ਦਿੱਤਾ ਇਧਰੋਂ ਇਧਰ ਹੋ ਗਈ ਤੇ ਉਹ ਸਾਰੀ ਕਹਾਣੀ ਜਿਹੜੀ ਵਸਤਵ ਵਿਅਸਤ ਹੋ ਜਾਏਗੀ ਕੋਇਆ ਕਿ ਅੱਜ ਜਿਸ ਸਮਾਜ ਵਿੱਚ ਅਸੀਂ ਤੁਸੀਂ ਵਿਚਰ ਰਹੇ ਹਾਂ ਇੱਥੇ ਤੁਹਾਨੂੰ ਅਨੇਕਾਂ ਲੋਕ ਐਸੇ ਮਿਲਣਗੇ ਜਿਹੜੇ ਪਾਣੀ ਦੀ ਪੂਜਾ ਕਰਦੇ ਮਿਲ ਜਾਣਗੇ ਅੱਗ ਦੀ ਪੂਜਾ ਕਰਦੇ ਮਿਲ ਜਾਣਗੇ ਔਰ ਇਥੋਂ ਤੱਕ ਬਈ ਖਵਾ ਦੀ ਪੂਜਾ ਔਰ ਉਹਨਾਂ ਨੂੰ ਨਾਮ ਕੀ ਦਿੱਤਾ ਅਗਣ ਦੇਵਤਾ ਦੇ ਦਿੱਤਾ ਪਵਨ ਦੇਵਤਾ ਬਣਾ ਦਿੱਤਾ ਔਰ ਜਲ ਦੇਵਤਾ ਬਣਾ ਦਿੱਤਾ ਔਰ ਖੋਇਆ ਕੀ ਵੀ ਬੰਦੇ ਨੇ ਇਹ ਸੋਚਿਆ ਵੀ ਸ਼ਾਇਦ ਇਹ ਤਾਕਤਾਂ ਵੱਖ ਨੇ ਰੱਬ ਵੱਖ ਹੈ ਖੋਇਆ ਇਹ ਬਈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਵੈ ਗੁਰੂ ਤੁਹਾਨੂੰ ਪਾਉਣ ਪਾਣੀ ਅੱਗ ਅਗਨੀ ਇਹ ਸਾਰੇ ਗਾਰੇ ਨੇ ਔਰ ਜੇ ਤੁਹਾਨੂੰ ਗਾਰੇ ਨੇ ਤੇ ਇਹਦਾ ਅਰਥ ਇਹ ਹੋਇਆ ਵੀ ਤੁਸੀਂ ਵੱਡੇ ਹੋ ਇਹ ਪੌਣ ਪਾਣੀ ਅਗਨੀ ਹਵਾ ਇਹ ਛੋਟੇ ਨੇ ਤੁਹਾਡੇ ਹੁਕਮ ਚ ਨੇ ਤੁਹਾਡੇ ਕੰਟਰੋਲ ਵਿੱਚ ਨੇ ਜੇ ਰੱਬ ਦੇ ਹੁਕਮ ਵਿੱਚ ਨੇ ਤੇ ਬੰਦਿਆ ਤੂੰ ਫਿਰ ਇਹਨਾਂ ਦੀ ਪੂਜਾ ਵਾਲੇ ਪਾਸੇ ਨਾ ਧਿਆਨ ਕਰ ਤੁਸੀਂ ਕਹੋਗੇ ਵੀ ਇਦਾਂ ਦਾ ਪੜੇ ਲਿਖੇ ਯੁੱਗ ਵਿੱਚ ਇਦਾਂ ਦਾ ਵਹਿਮ ਭਰਮ ਖੈ ਵੀ ਕੋਈ ਪਾਣੀ ਦੀ ਪੂਜਾ ਕਰਦਾ ਮਿਲ ਜਾਏ ਤੁਹਾਨੂੰ ਵੀ ਅਗਨੀ ਦੀ ਪੂਜਾ ਦੀ ਗੱਲ ਹੋ ਗਈ ਇਹ ਗੁਰੂ ਸਾਹਿਬ ਨੇ ਸਾਰੇ ਵਿਸ਼ੇ ਆਸਾ ਜੀ ਦੀ ਵਾਰ ਵਿੱਚ ਟੱਚ ਕੀਤੇ ਨੇ ਅਸੀਂ ਇਸ ਲਈ ਸੁਣਨਾ ਹੈ ਬਈ ਸੁਣ ਕੇ ਸਾਡੇ ਪੱਲੇ ਕੋਈ ਗੁਰੂ ਦੀ ਗੱਲ ਪੈ ਜਾਏ ਅਸੀਂ ਵਹਿਮ ਭਰਮ ਵਿੱਚ ਨਾ ਪਈਏ ਬਲਕਿ ਵਹਿਮਾਂ ਭਰਮਾਂ ਚੋਂ ਨਿਕਲੀਏ ਪਰ ਅਸੀਂ ਕੀਰਤਨ ਰੂਪ ਰਹੀ ਬੜੇ ਥੋੜੇ ਗੁਰੂ ਪਿਆਰੇ ਨੇ ਉਹ ਜਿਹੜੇ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਹੋਵੇ ਤੇ ਉਹ ਧਿਆਨ ਨਾਲ ਸੁਣਦੇ ਹੋਣ ਜਦੋਂ ਸੁਣਾਂਗੇ ਉਹਦੇ ਵਿੱਚ ਸਹਿਬ ਕਹਿੰਦੇ ਨੇ ਭੈ ਵਿੱਚ ਪਵਨ ਵਹਿ ਸਦਵਾਓ ਹਵਾ ਜਿਹੜੀ ਹੈ ਨਾ ਅਸੀਂ ਕਹਿੰਦੇ ਹਾਂ ਨਾ ਰੱਬ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿਲਦਾ ਹਿਲਦਾ ਵੀ ਨਹੀਂ ਇਹ ਉਹਦੇ ਹੁਕਮ ਵਿੱਚ ਹੈ ਭੈ ਵਿੱਚ ਪਵਨ ਵਹਿ ਸਦਵਾਓ ਭੈ ਵਿੱਚ ਚੱਲੈਂ ਲੱਖ ਸਿੱਖ ਰੋਜ਼ਾਨਾ ਬਾਣੀ ਆਸਾ ਜੀ ਦੀ ਵਾਰ ਸੁਣਦਾ ਹੈ ਕਿਸੇ ਦਾ ਧਰਮ ਕਹਿੰਦਾ ਵੀ ਦਰਿਆ ਦੀ ਪਾਣੀ ਦੀ ਪੂਜਾ ਕਰਨੀ ਉਹ ਜੰਮ ਜੰਮ ਕਰਨ ਪਰ ਉਹਨਾਂ ਨੂੰ ਵੇਖ ਕੇ ਸਿੱਖ ਵੀ ਵਿਚਾਰਾ ਬੱਸ ਵਿੱਚ ਬੈਠਾ ਹੈ ਟ੍ਰੇਨ 'ਚ ਬੈਠਾ ਸਫ਼ਰ ਕਰ ਰਿਹਾ ਟ੍ਰੇਨ ਬੱਸ ਦਰਿਆ ਦੇ ਉੱਪਰੋਂ ਗੁਜ਼ਰ ਰਹੀ ਹੈ ਤੇ ਨਾਲ ਹੋਰ ਧਰਮ ਵਾਲਾ دیਵਾਨੀ ਜਵਾਨੀ ਖੀਸੇ 'ਚੋਂ ਕੱਢ ਕੇ ਵਗਾਹ ਮਾਰਦਾ ਵੀ ਇਹਦੀ ਭੇਟਾ ਦੇਣੀ ਉਹਨੂੰ ਵੇਖ ਕੇ ਸਿੱਖ ਵਿਚਾਰਾ ਵੀ دیਵਾਨੀ ਜਵਾਨੀ ਕੱਢ ਕੇ ਦਰਿਆ 'ਚ ਸੁੱਟੇ ਤੇ ਇਹ ਗੱਲ ਨਹੀਂ ਜਾਂਚਦੀ ਕਿਉਂ ਸਿਖਾ ਤੇਰੇ ਤਾਂ ਗੁਰੂ ਨੇ ਤੈਨੂੰ ਆਸਾ ਜੀ ਦੀ ਵਾਰ ਵਿੱਚ ਕਿਹਾ ਵੀ ਜਿੰਨੂੰ دیਵਾਨੀ ਚਵਾਨੀ ਭੇਟ ਕਰਕੇ ਤੂੰ ਭੇਟਾ ਕਰਕੇ ਡਰ ਰਿਆ ਹੈ ਨਾ ਵੀ ਨਾਂ ਦਿੱਤੀ ਤੇ ਪਤਾ ਨਹੀਂ ਕੀ ਹੋ ਜਾਊਗਾ ਡਰਨਾ ਇਹ ਵੀ ਉਸ ਅਕਾਲ ਪੁਰਖ ਦੇ ਭੈ ਵਿੱਚ ਚੱਲਦਾ ਜਿਹਦੇ ਭੈ ਵਿੱਚ ਚੱਲਣ ਦੀ ਤੈਨੂੰ ਹਦਾਇਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਪਜੀ ਦੇ ਪ੍ਰਾਰੰਭ ਵਿੱਚ ਦਿੱਤੀ ਹੈ ਕਿ ਬਈ ਕਿਵ ਸਚਿਆਰਾ ਹੋਇਐ ਕਿਵ ਕੋੜੈ ਟੁਟੈ ਪਾਲ ਤੇ ਗੁਰੂ ਸਾਹਿਬ ਨੇ ਸ਼ਰਤ ਰੱਖੀ ਸੀ ਵੀ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਸਾਨੂੰ ਉਹਦੀ ਰਜ਼ਾ ਵਿੱਚ ਚੱਲਣਾ ਪੈਗਾ ਬਾਣੀ ਕਹਿੰਦੀ ਏ ਵੀ ਇਹ ਪਾਉਣ ਪਾਣੀ ਆਬੋ ਹਵਾ ਇਹ ਰੱਬ ਦੇ ਹੁਕਮ ਵਿੱਚ ਨੇ ਜਿਹਦੇ ਹੁਕਮ ਵਿੱਚ ਨੇ ਬਾਣੀ ਸਾਨੂੰ ਉਸ ਅਕਾਲ ਪੁਰਖ ਨਾਲ ਜੋੜਦੀ ਏ ਜਿਹਦੇ ਹੁਕਮ ਵਿੱਚ ਇਹ ਤਮਾਮ ਸ਼ਕਤੀਆਂ ਤਮਾਮ ਤਾਕਤਾਂ ਕੰਮ ਕਰ ਰਹੀਆਂ ਨੇ ਸਿਖਾ ਜਦੋਂ ਤੂੰ ਉਸ ਅਕਾਲ ਪੁਰਖ ਵੈਗੁਰੂ ਨਾਲ ਹੀ ਜੁੜ ਗਿਓ ਤੇ ਤੈਨੂੰ ਇਹਨਾਂ ਦੀ ਪੂਜਾ ਇਹਨਾਂ ਪਿੱਛੇ ਭਜਣ ਦੀ ਬਿਲਕੁਲ ਜ਼ਰੂਰਤ ਨਹੀਂ ਪੈਗੀ ਅੱਜ ਹਜ਼ੂਰ ਬਖਸ਼ਿਸ਼ ਕਰਦੇ ਨੇ ਕਹਿੰਦੇ ਨੇ ਗਾਵੈ ਤੋਹਨੋ ਪਾਉਣ ਪਾਣੀ ਬੈ ਸੰਤਰ ਔਰ ਗਾਵੈ ਰਾਜਾ ਧਰਮ ਦੁਆਰੇ ਧਰਮ ਰਾਜ ਦੀ ਬੜੀ ਚਰਚਾ ਹੈ ਨਾਮ ਸੁਣ ਕੇ ਬੰਦੇ ਦੇ ਲੂ ਕੰਡੇ ਹੋ ਜਾਂਦੇ ਨੇ ਵੀ ਉਹਦੇ ਨਾਲ ਜਿੱਦਨ ਵਾਹ ਪਿਆ ਕੀ ਬਣੇਗਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਡਰਨ ਦੀ ਲੋੜ ਨਹੀਂ ਇਹ ਜਿਹਦੇ ਤੋਂ ਦੁਨੀਆ ਥਰ ਥਰ ਨਾਮ ਸੁਣ ਕੇ ਕੰਬਦੀ ਹੈ ਨਾ ਵੀ ਹਾਏ ਧਰਮ ਰਾਜ ਧਰਮ ਰਾਜ ਧਰਮ ਰਾਜ ਇਹਦੀ ਚਿੰਤਾ ਨਾ ਕਰੋ ਇਹ ਦੇ ਤੋਂ ਤਾਂ ਤਾਂ ਡਰੀਏ ਜਿਹਦੇ ਹੱਥ ਵਾਸ ਵਿੱਚ ਕੋ ਜੇ ਤਾਂ ਇਹ ਤਾਂ ਵਿਚਾਰਾ ਆਪ ਆਕਾਲ ਪੁਰਖ ਦੇ ਦਰ ਤੇ ਖਲੋਤਾ ਉਹਦੀ ਸਿਫਤ ਕਰ ਰਿਹਾ ਸਿਖਾ ਏ ਦੇ ਭੈ ਤੋਂ ਤੂੰ ਮੁਕਤ ਹੋਣਾ ਹੈ ਧਰਮ ਰਾਜ ਦੇ ਭੈ ਤੋਂ ਮੁਕਤ ਹੋਣਾ ਹੈ ਤੇ ਤਾਂ ਹੋਏਗਾ ਜਿਹਦੇ ਦਰ ਤੇ ਧਰਮ ਰਾਏ ਰੋਜ਼ਾਨਾ ਲਿਲਕੜੀਆਂ ਕੱਢ ਕੇ ਜਿੰਨੂੰ ਗਾਉਂਦਾ ਹੈ ਤੇਰਾ ਗੁਰੂ ਕਹਿੰਦਾ ਉਸ ਅਕਾਲ ਪੁਰਖ ਨਾਲ ਤੂੰ ਵੀ ਜੋੜ ਉਹਨੂੰ ਤੂੰ ਵੀ ਧਿਆ ਮੈਂ ਸਨਿਮਰ ਬੇਨਤੀ ਕਰਾਂਗਾ ਅਸੀਂ ਕਿਸੇ ਵੱਡੇ ਅਫੀਸਰ ਨੂੰ ਮਿਲਣ ਜਾਣਾ ਹੋਵੇ ਉਹਦੇ ਨਾਲ ਸਾਡੀ ਤੁਹਾਡੀ ਜਾਨ ਪਛਾਣ ਹੈ ਉਹਦੇ ਦਰ ਦੇ ਉੱਪਰ ਉਹਦੇ ਘਰ ਦੇ ਸਾਹਮਣੇ ਉਹਦੇ ਬੂਹੇ ਤੇ ਇੱਕ ਚੌਂਕੀਦਾਰ ਵੀ ਬੈਠਾ ਹੈ ਥੋੜਾ ਜਿਹਾ ਤੁਸੀਂ ਅੰਦਰ ਕ੍ਰਾਸ ਕਰੋ ਦੋ ਚਾਰ ਬੰਦੂਕਾਂ ਵਾਲੇ ਵੀ ਖੜੋਤੇ ਨੇ ਹੁਣ ਜਦੋਂ ਸਾਡੀ ਘਰ ਦੇ ਮਾਲਕ ਅਫੀਸਰ ਨਾਲ ਹੀ ਜਾਣ ਪਛਾਣ ਹੋ ਗਈ ਏ ਤੇ ਹੁਣ ਸਾਨੂੰ ਚੌਂਕੀਦਾਰਾਂ ਨੂੰ ਪੁੱਛ ਪ੍ਰਤੀਤ ਕਰਨ ਦੀ ਉਹਨਾਂ ਦਾ ਪੁੱਛਣ ਪਛਾਉਣ ਦੀ ਕੋਈ ਜ਼ਰੂਰਤ ਨਹੀਂ ਕਿਉਂ ਚੌਕੀਦਾਰਾਂ ਨੂੰ ਵੀ ਪਤਾ ਹੈ ਵੀ ਜਿਹਦੇ ਅਸੀਂ ਚੌਕੀਦਾਰਾਂ ਇਹਦੀ ਤਾਂ ਉਹਦੇ ਨਾਲ ਸਿੱਧੀ ਗੱਲਬਾਤ ਹੈ ਉਹ ਰੋਕਦੇ ਥੋੜਾ ਨੇ ਬਲਕੇ ਤੁਸੀਂ ਜਾਓ ਤੁਹਾਡਾ ਪਤਾ ਹੋਵੇ ਚੌਕੀਦਾਰ ਨੂੰ ਗਨ ਮੈਨੂੰ ਵੀ ਇਹ ਬੰਦਾ ਸਾਡੇ ਮਾਲਕ ਦਾ ਅਫੀਸਰ ਦਾ ਬੜਾ ਨਜ਼ਦੀਕੀ ਹੈ ਔਰ ਤੁਹਾਨੂੰ ਉਹ ਬੂਹਾ ਖੋਲ ਕੇ ਰਿਸੀਵ ਕਰਨਗੇ ਜੀ ਆਇਆਂ ਕਹਿਣਗੇ ਆਓ ਜੀ ਘਰ ਬੈਠੇ ਨਿ ਆਓ ਮਲਾਉਣੇ ਇਸੇ ਤਰ੍ਹਾਂ ਸਾਨੂੰ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਧਰਮ ਰਾਏ ਤੋਂ ਡਰੇ ਉਹ ਜਿਹੜਾ ਅਕਾਲ ਪੁਰਖ ਨਾਲੋਂ ਟੁੱਟਾ ਹੋਇਆ ਹੈ ਅਸੀਂ ਤਾਂ ਜੁੜਨਾ ਹੀ ਅਕਾਲ ਪੁਰਖ ਵੈਗੁਰੂ ਨਾਲ ਇੱਕ ਨਾਲ ਹੈ ਸਾਨੂੰ ਫਿਰ ਇਹਦਾ ਡਰ ਕਾਦਾ ਔਰ ਹਜ਼ੂਰ ਕਹਿੰਦੇ ਨੇ ਖੇ ਵੈਗੁਰੂ ਤੇਰੇ ਦਰ ਤੇ ਧਰਮ ਰਾਜ ਜਿਹੜਾ ਹੈ ਧਰਮ ਰਾਜ ਉਹ ਵੀ ਤੁਹਾਨੂੰ ਗਾ ਰਿਹਾ ਹੈ ਤੇ ਸਾਨੂੰ ਉਪਦੇਸ਼ ਗੁਰੂ ਸਾਹਿਬ ਕਹਿੰਦੇ ਨੇ ਵੀ ਜੇ ਧਰਮ ਰਾਜ ਵੀ ਰੱਬ ਨੂੰ ਗਾ ਰਿਹਾ ਹੈ ਸਿਖਾਂ ਤੇ ਤੇਰਾ ਵੀ ਫਰਜ਼ ਬਣਦਾ ਤੂੰ ਵੀ ਉਸ ਅਕਾਲ ਪੁਰਖ ਵੈਗਰੂ ਦੀ ਸਿਫਤ ਸਲਾਹ ਕਰਿਆ ਕਰ ਗਾਵਹਿ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਕਹਿੰਦੇ ਨੇ ਵੀ ਗਾਵੇਂ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਚਿੱਤਰ ਗੁਪਤ ਸਾਡੇ ਗਵਾਂਢੀ ਧਰਮ ਸਨਾਤਨ ਮਤ ਵਿੱਚ ਵਿਚਾਰ ਹੈ ਵੀ ਚਿੱਤਰ ਆਪਣੀ ਪਾਇਆ ਹੈ ਤਾਂ ਉਹਨਾਂ ਦੀ ਤਾਂ ਕੋਈ ਆਪਣੀ ਤਾਕਤ ਹੀ ਨਹੀਂ। ਔਰ ਅਸੀਂ ਉਹਨਾਂ ਚਿੱਤਰ ਗੁਪਤ ਤੋਂ ਤਾਂ ਭੈ ਪੀਤ ਹੋਈਏ ਜਿਐਸੀ ਰੱਬ ਨਾਲੋਂ ਵਿਛੜੇ ਹੋਈਏ ਰੱਬ ਨੂੰ ਨਾ ਜਾਪਦੇ ਹੋਈਏ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਤੁਹਾਨੂੰ ਚਿੱਤਰ ਗੁਪਤ ਵੀ ਲੇਖਾ ਲਿਖਣ ਵਾਲੇ ਵੀ ਉਹ ਤਾਂ ਤੁਹਾਨੂੰ ਗਾ ਰਹੇ ਨੇ। ਅਸੀਂ ਨਾਮ ਸੁਣ ਕੇ ਡਰ ਗਏ। ਪਰ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਚਿੱਤਰ ਗੁਪਤਾਂ ਤੋਂ ਡਰਨ ਦੀ ਲੋੜ ਨਹੀਂ। ਆਪਣੇ ਆਪ ਵਿੱਚ ਉਹਨਾਂ ਦੀ ਕੋਈ ਪਾਇਆ ਕੋ ਤੂੰ ਅਕਾਲ ਪੁਰਖ ਵੈਗੁਰੂ ਨਾਲ ਜੁੜ ਤੈਨੂੰ ਸਮਝ ਪੈ ਗਈ ਵੀ ਰੱਬ ਦੇ ਦਰ ਤੇ ਤਾਂ ਲੇਖਾ ਲਿਖਣ ਵਾਲੇ ਚਿੱਤਰ ਗੁਪਤ ਜਿੰਨਾ ਤੋਂ ਮੈਂ ਡਰਦਾ ਰਿਆ ਉਹ ਇਹ ਵੀ ਰੱਬ ਦੇ ਦਰ ਤੇ ਬੈਠੇ ਰੱਬ ਨੂੰ ਧਿਆਰੇ ਹਨ ਗਾ ਰਹੇ ਹਨ ਜੀ ਗਾਵੇ ਈਸ਼ਰ ਬਰਮਾ ਦੇਵੀ ਸੋਹਿਨ ਸਦਾ ਸਵਾਰੇ ਕਹਿੰਦੇ ਨੇ ਹੇ ਵੈਗੁਰੂ ਤੁਹਾਡੇ ਦਰ ਤੇ ਤੁਹਾਨੂੰ ਇਸੇ ਤਰ੍ਹਾਂ ਈਸ਼ਰ ਸ਼ਿਵ ਜੀ ਬਰਮਾ ਬ੍ਰਹਮਾ ਔਰ ਨਾਲ ਦੀ ਨਾਲ ਅਨੇਕਾਂ ਦੇਵੀਆਂ ਤੇ ਮੈਂ बार-बार ये ਬੇਨਤੀ ਕਰ ਰਿਹਾ ਵੀ ਜਿਨ੍ਹਾਂ ਦਾ ਗੁਰਮੁਖੋ ਧਰਮ ਕਹਿੰਦਾ ਇਹਨਾਂ ਦੇਵਤਿਆਂ ਦੀ ਦੇਵੀਆਂ ਦੀ 33 ਕਰੋੜ ਦੀ ਪੂਜਾ ਕਰਨੀ ਸਾਨੂੰ ਕੋਈ ਇਤਰਾਜ਼ ਨਹੀਂ ਉਹ ਜਮ ਜਮ ਕਰਨ ਪਰ ਜਿਨ੍ਹਾਂ ਦਾ ਧਰਮ ਕਹਿੰਦਾ ਕੁਝ ਸਿਖਾਉਂਦਾ ਵੀ ਨਹੀਂ ਕੁਝ ਗੱਲ ਖੋਰ ਐ ਸਾਨੂੰ ਫਿਰ ਉਹ ਸਮਝ ਕੇ ਉਹਨੂੰ ਆਪਣੇ ਆਪ ਉੱਪਰ ਲਾਗੂ ਕਰਨਾ ਚਾਹੀਦਾ ਹੈ ਵੀ ਅਸਲੀਅਤ ਕੀ ਹੈ ਗੱਲ ਤਾਂ ਪਕੜ ਚਾਏਗੀ ਅੱਜ ਤੁਸੀਂ ਵੇਖੋ ਵੀ 33 ਕਰੋੜ ਦੇ ਵੀ ਦੇਵਤੇ ਔਰ ਇੱਕ ਦੀ ਮਰਜ਼ਾਦਾ ਦੂਜੇ ਨਾਲ ਮੇਲ ਨਹੀਂ ਖਾਂਦੀ ਜੇ ਸ਼ਨੀਚਰਵਾਰ ਜਾਂਦੇ ਆ ਛੁੱਕਰ ਰੋਸ ਪੈਂਦਾ ਛੁੱਕਰਵਾਰ ਜਾਂਦੇ ਆ ਬੁੱਧ ਕਹਿੰਦਾ ਵੀ ਮੈਂ ਲੱਤ ਪਾੰਦਿਆਂਗਾ ਬੁੱਧਵਾਲ ਜਾਂਦੇ ਆ ਤੇ ਦੂਜਾ ਹੁਣ ਬੰਦਾ ਵਿਚਾਰਾ ਪਜਲ ਹੋ ਗਿਆ ਵੀ ਕਿੰਨੂੰ ਮਨਾਈਏ ਕਿੰਨੂੰ ਰਸਾਈਏ ਬੜਾ ਪੈਪੀ ਔਰ ਸੱਚੀ ਮੁੱਚੀ ਜੇ 33 ਕਰੋੜ ਨੂੰ ਖੁਸ਼ ਕਰਨਾ ਹੈ ਤੇ ਸਾਨੂੰ ਕਈ ਜਨਮ ਹੋਰ ਲੈਣੇ ਪੈਣਗੇ ਇੱਕ ਜਨਮ ਚ ਨਹੀਂ ਇਹ ਕਹਾਣੀ ਸੰਪੂਰਨ ਹੋਣੀ ਵੀ ਆਪਾਂ ਕਹੀਏ ਵੀ ਇੱਕ ਜਨਮ ਚ ਅਸੀਂ 33 ਕਰੋੜ ਨੂੰ ਖੁਸ਼ ਕਰ ਦੇਾਂਗੇ ਤੇ ਗੱਲ ਬਣ ਜਾਏਗੀ ਕਿੰਨੂੰ ਕਿੰਨੂੰ ਮਨਾਓਗੇ ਕਿੰਨੂੰ ਕਿੰਨੂੰ ਰਸਾਓਗੇ ਗੁਰੂ ਸਾਹਿਬ ਜਿਹੜੀ ਪਤੇ ਦੀ ਬਾਤ ਸਾਨੂੰ ਤੁਹਾਨੂੰ ਸਮਝਾਉਂਦੇ ਨੇ ਉਹ ਇਹ ਸਮਝਾਉਂਦੇ ਨੇ ਵੀ ਲੋਕ ਸ਼ਿਵ ਨੂੰ ਬ੍ਰਹਮਾ ਨੂੰ ਔਰ ਬੇਅੰਤ ਇਸ ਤਰ੍ਹਾਂ ਦੀਆਂ ਦੇਵੀਆਂ ਉਹ ਖੋਦ ਵਿੱਚ ਲੈ ਆਂਦੀਆਂ ਫਿਰ ਉਹਨਾਂ ਦੀ ਪੂਜਾ ਵਿੱਚ ਲੱਗ ਗਿਆ ਵੀ ਜੇ ਮਾਇਆ ਚਾਹੀਦੀ ਏ ਲక్ష్ਮੀ ਥੋੜੀ ਜੀ ਜ਼ੁਬਾਨ ਦੇ ਵਿੱਚ ਮਠਾਸ ਚਾਹੀਦੀ ਏ ਸਰਸਵਤੀ ਔਰ ਗੁਰੂ ਸਾਹਿਬ ਕਹਿੰਦੇ ਨੇ ਵੀ ਜੋ ਵੀ ਚਾਹੀਦਾ ਉਹ ਤੈਨੂੰ ਰੱਬ ਦੇ ਘਰੋਂ ਮਿਲੇਗਾ ਇੱਕੇ ਦੇ ਦਰ ਤੋਂ ਜੋ ਚਾਹੀਦਾ ਮੰਗਣਾ ਤੈਨੂੰ ਆਉਣਾ ਚਾਹੀਦਾ ਇੱਕੇ ਦੇ ਘਰੋਂ ਮਿਲ ਜੇਗਾ ਇਹ ਨਹੀਂ ਵੀ ਆਹ ਚਾਹੀਦਾ ਤੇ ਉਹਦੇ ਕੋਲ ਜਾਓ ਹੋਰ ਕੁਝ ਚਾਹੀਦਾ ਦੂਜੇ ਕੋਲ ਜਾਓ ਹੋਰ ਕੁਝ ਚਾਹੀਦਾ ਤੀਜੇ ਕੋਲ ਜਾਓ ਨਹੀਂ ਸਤਗੁਰੂ ਅੱਜ ਬਖਸ਼ਿਸ਼ ਕਰਦੇ ਨੇ ਕਹਿਣ ਲੱਗੇ ਹੇ ਵੈ ਗੁਰੂ ਤੁਹਾਡੇ ਦਰ ਤੇ ਤੁਹਾਨੂੰ ਸ਼ਿਵ ਵੀ ਭੋਲੇनाथ ਵੀ ਗਾ ਰਿਹਾ ਹੈ ਉਹ ਵੀ ਤੁਹਾਡੇ ਦਰ ਤੇ ਤੁਹਾਡੀ ਸਿਫਤ ਕਰ ਰਿਹਾ ਹੈ ਔਰ ਨਾਲ ਬ੍ਰਹਮਾ ਜੀ ਜਿੰਨੂੰ ਸਾਡਾ ਗਵਾਂਢੀ ਧਰਮ ਕਹਿੰਦਾ ਵੀ ਸਾਰੀ ਉਤਪਤੀ ਬ੍ਰਹਮਾ ਜੀ ਦੇ ਹੁਕਮ ਨਾਲ ਹੋਈ ਹੈ ਔਰ ਜਿਹੜਾ ਮਾਰਨ ਵਾਲਾ ਵਿਧਾਨ ਹੈ ਵੀ ਜੀਵਾਂ ਦਾ ਸੰਘਾਰ ਕਰਨਾ ਉਹ ਭੋਲੇनाथ ਨੂੰ ਮਹਿਕਮਨ ਦਿੱਤਾ ਹੈ ਤੇ ਵਿਸ਼ਨੂ ਭਗਵਾਨ ਕੋਲਾ ਸਾਰਾ ਜੀਵਾਂ ਦੀ ਸੰਭਾਲ ਦਾ ਉਹ ਸਾਰਾ ਵਿਸ਼ਨੂ ਭਗਵਾਨ ਦਾ ਹੈ ਤੁਸੀਂ ਅੱਜ ਵੇਖੋ ਦੁਨੀਆ ਬੜੀ ਚਲਾਕ ਹੈ ਕਿਉਂਕਿ ਜੀ ਦੇ ਤੋਂ ਖਤਰਾ ਹੈ ਨਾ ਸਲਾਮ ਉਹਨੂੰ ਹੈ ਜੀ ਦੇ ਤੋਂ ਕੋਈ ਖਤਰਾ ਨਹੀਂ ਉਹਨੂੰ ਕੌਣ ਪੁੱਛਦਾ ਤੁਸੀਂ ਵਿਚਰੋ ਵੇਖੋ ਤੁਸੀਂ ਵਿਖਾਓ ਵੀ ਅੱਜ ਵਿਸ਼ਨੂ ਭਗਵਾਨ ਦੇ ਕਿੰਨੇ ਕੁ ਮੰਦਰ ਨੇ ਕਿਤੇ ਟਾਵਾ ਪਾਲਿਆਂ ਲੱਬਿਆਂ ਭਾਵੇਂ ਅੱਧਾ ਲੱਬੇ ਕਿਉਂਕਿ ਕੋਈ ਖਤਰਾ ਨਹੀਂ ਪਤਾ ਵੀ ਉਹਨੇ ਰੋਟੀ ਦੇਣੀ ਦੇਈ ਜਾਣੀ ਬ੍ਰਹਮਾ ਜੀ ਦੇ ਮੰਦਰ ਤੁਹਾਨੂੰ ਭਾਲਦੇ ਆਂਗਲਾਂ ਤੇ ਗਿਨ ਦੇ ਬਾਵਜੂਦ ਤੁਹਾਨੂੰ ਵੱਧ ਤੋਂ ਵੱਧ 2-4 ਮਿਲਣਗੇ ਪਰ ਭੋਲੇਨਾਥ ਦੀ ਜੈਜਕਾਰ ਹੋ ਰਹੀ ਕਿਉਂ ਪਤਾ ਹੈ ਨਾ ਵੀ ਇਹਨੇ ਸੰਘਾਰਨਾ ਮਾਰਨ ਵਾਲਾ ਮਹਿਕਮਾ ਇਹਨਾਂ ਕੋਲ ਹੈ ਤੇ ਜਿਹਦੇ ਤੋਂ ਖਤਰਾ ਹੈ ਉਹਨੂੰ ਝੁਕ ਝੁਕ ਸਲਾਮ ਹੋ ਰਹੀ ਵੀ ਨਹੀਂ ਮਹਾਰਾਜ ਮੈਂ ਤੁਹਾਡਾ ਉਪਾਸ਼ਕਾ ਉਹਦੇ ਤੋਂ ਭੈਪੀਤ ਹੋ ਰਿਹਾ ਸੰਸਾਰ ਜਿਨ੍ਹਾਂ ਦੀ ਲੋੜ ਕੋਈ ਨਹੀਂ ਬੰਦਾ ਐਡਾ ਸਵਾਰਥੀ ਉਹਨਾਂ ਨੂੰ ਕਹਿੰਦਾ ਵੀ ਤੁਹਾਡੀ ਕੀ ਲੋੜ ਤੁਸੀਂ ਜਾਓ ਪਰਾਂ ਤੁਹਾਡੇ ਤੋਂ ਕੀ ਲੈਣਾ ਮੈਨੂੰ ਕੋਈ ਲੋੜ ਨਹੀਂ ਜੀ ਦਾ ਖਤਰਾ ਹੈ ਵੀ ਕੱਲ ਨੂੰ ਮਾਰਨ ਵਾਲੀ ਵਿਧਾਨ ਇਹਦੇ ਹੱਥ ਵਿੱਚ ਹੈ ਉਹਦੀ ਪੂਜਾ ਉਹਦੀ ਪ੍ਰਤਿਸ਼ਟਾ ਉਹਦੀ ਜੈਜੈਕਾਰ ਹੋ ਰਹੀ ਹੈ ਸਵਾਰਥ ਹੈ ਨਾ ਕੋਈ ਪ੍ਰੇਮਾ ਭਗਤੀ ਤਾਂ ਕੋਈ ਨਹੀਂ ਨਾ ਵੀ ਡਰ ਹੈ ਵੀ ਨਾ ਪੂਜਾ ਕੀਤੀ ਤੇ ਪਤਾ ਨਹੀਂ ਵੀ 4 ਦਿਨ ਹੋਰ ਜੂਣਾ 4 ਸਾਲ ਅਗਲਾ ਅੱਜ ਹੀ ਗਾਟਾ ਲਾ ਧਰੇ ਇਸ ਕਰਕੇ ਬੇਸ਼ਰਦਾ ਵਾਸੋ ਕਿ ਉਹਨੂੰ ਤੇ ਆਉਣਾ ਹੈ ਤੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਕਿਉਂ ਨਹੀਂ ਜ਼ਰੂਰਤ ਕਿਉਂਕਿ ਬਾਣੀ ਕਹਿੰਦੀ ਹੈ ਵੀ ਅਕਾਲ ਪੁਰਖ ਵੈਗੁਰੂ ਨੇ ਹੀ ਸਾਰਾ ਪਸਾਰਾ ਸਾਜਿਆ ਹੈ ਉਹ ਆਪ ਹੀ ਸੰਭਾਲ ਕਰ ਰਿਹਾ ਹੈ ਉਹਨੇ ਆਪ ਹੀ ਇੱਕ ਦਿਨ ਮੌਤ ਭੇਜ ਦੇਣੀ ਉਹਨੇ ਨਹੀਂ ਵੀ ਕੋਈ ਨਾ ਕੋਈ ਆਪਣੀ ਕੁਦਰਤ ਵਿੱਚ ਆਗਾ ਮੈਕਮੇ ਵੰਡੇ ਨੇ ਵੀ ਆਹ ਮੈਕਮਾ ਤੇਰੇ ਕੋਲੇ ਸਿੰਚਾਈ ਮੈਕਮਾ ਤੇਰੇ ਕੋਲੇ ਹੈ ਵਣ ਵਿਭਾਗ ਦਾ ਤੈਨੂੰ ਦੇ ਦਿੱਤਾ ਪੜ੍ਹਾਈ ਲਿਖਾਈ ਵਾਲਾ ਸਿੱਖਿਆ ਮੰਤਰੀ ਤੈਨੂੰ ਬਣਾਨ ਦਿੱਤਾ ਅਸੀਂ ਸੋਚਦੇ ਹਾਂ ਵੀ ਸ਼ਾਇਦ ਰੱਬ ਕੱਲਾ ਹੈ ਓਡੀ ਵੱਡੀ ਦੁਨੀਆ ਉਹ ਕਿਵੇਂ ਸੰਭਾਲ ਲੇਗਾ ਇੱਕ ਬੰਦੇ ਕੋਲ ਰਾਜ ਆ ਜਾਏ ਉਹਨੇ ਥੱਲੇ ਕੈਬਨਟ ਪੂਰੀ ਤਿਆਰ ਕੀਤੀ ਵੀ ਆਹ ਮੈਕਮਾ ਤੇਰਾ 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 ਵੀ ਤੂੰ ਆ ਕੰਮ ਆਹ ਕੰਮ ਤੇਰੇ ਨੇ ਬੰਦੇ ਨੇ ਇਸੇ ਤਰ੍ਹਾਂ ਰੱਬ ਦੀ ਸਮੁੱਚੀ ਤਾਕਤ ਨੂੰ ਵੀ ਵੰਡ ਦਿੱਤਾ ਵੀ ਉਹ ਕੱਲਾ ਵਿਚਾਰਾ ਤਾਂ ਪਜਲ ਹੋ ਜਾਏਗਾ ਕਿਨੂੰ ਕਿਨੂੰ ਸੰਭਾਲੇਗਾ ਪਰ ਬਾਣੀਕਾਰ ਕਹਿੰਦੇ ਵੀ ਨਹੀਂ ਐਸਾ ਨਹੀਂ ਜੈਸਾ ਅਸੀਂ ਸਮਝੀ ਬੈਠੇ ਆਂ ਔਰ ਕਿਉਂ ਨਹੀਂ ਜੀ ਐਸਾ ਔਰ ਬਾਣੀ ਸਾਨੂੰ ਤੁਹਾਨੂੰ ਉਪਦੇਸ਼ ਬਖਸ਼ਦੀ ਏ ਵੀ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀ ਬਾਨ ਅੱਗੇ ਜਾ ਕੇ ਪੜਦੇ ਆ ਨਾ ਬਈ ਜੇਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਨ ਅੱਧੀ ਪੰਕਤੀ ਵਿੱਚ ਗੱਲ ਗੁਰੂ ਸਾਹਿਬ ਨੇ ਕੀਤੀ ਜਿਹੜੇ ਸੰਸਾਰੀ ਇਹ ਮੰਨਦੇ ਨੇ ਵੀ ਬ੍ਰਹਮਾ ਪੈਦਾ ਕਰਨ ਵਾਲਾ ਵਿਸ਼ਨੂੰ ਪਾਲਣ ਵਾਲਾ ਸ਼ਿਵ ਸੰਘਾਰਨ ਵਾਲਾ ਪਰ ਗੁਰੂ ਸਾਹਿਬ ਕਹਿੰਦੇ ਨੇ ਵੀ ਗੱਲ ਇਹ ਹੈ ਬਈ ਅਕਾਲ ਪੁਰਖ ਹੀ ਪੈਦਾ ਕਰਨ ਵਾਲਾ ਹੈ ਅਕਾਲ ਪੁਰਖ ਹੀ ਮਾਰਨ ਵਾਲਾ ਹੈ ਅਕਾਲ ਪੁਰਖ ਹੀ ਜਵਾਲਣ ਵਾਲਾ ਹੈ ਔਰ ਉਹਨਾ ਬਚਨ ਕਹਿ ਵੀ ਜੇਵ ਤਿਸੁ ਭਾਵੈ ਜਿਵੇਂ ਤੈਨੂੰ ਪਾਉਂਦਾ ਤੇ ਮੈਂ ਚਲਾਵਾਂ ਜਿਵ ਹੋਵੇ ਫਰਮਾਨ ਜਿਵੇਂ ਤੁਹਾਡਾ ਹੁਕਮ ਹੈ ਹਜ਼ੂਰ ਇੱਥੇ ਬਖਸ਼ਿਸ਼ ਕਰ ਰਹੇ ਨੇ ਕਹਿੰਦੇ ਖੇ ਵੈ ਗੁਰੂ ਗਾਨੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਤੁਹਾਡੇ ਦਰ ਤੇ ਇਹ ਬੇਅੰਤ ਦੇਵੀਆਂ ਇਹ ਭੋਲੇਨਾਥ ਇਹ ਬ੍ਰਹਮਾ ਜੀ ਇਹ ਵੀ ਤੁਹਾਡੇ ਦਰ ਤੇ ਤੁਹਾਡੀ ਸਿਫਤ ਸਲਾਹ ਕਰ ਰਹੇ ਨੇ ਇਹ ਰੱਬ ਨਾਲੋਂ ਵੱਡੇ ਨਹੀਂ ਨਾ ਹੀ ਰੱਬ ਨੇ ਹਾਂ ਰੱਬ ਦੇ ਪੈਦਾ ਕੀਤੇ ਨੇ ਤੇ ਜਿਉ ਉਹਦੇ ਪੈਦਾ ਕੀਤੇ ਉਹਦੇ ਦਰ ਤੇ ਗਾਰੇ ਨੇ ਗੁਰੂ ਸਾਹਿਬ ਸਾਨੂੰ ਪੌੜੀ ਰਾਈਂ ਉਪਦੇਸ਼ ਦਿੰਦੇ ਨੇ ਬਈ ਖੇ ਸਖਿਆਰਥੀ ਜੀਵ ਜਿਹਦੇ ਦਰ ਤੇ ਇਹ ਇਹ ਗਾਰੇ ਨੇ ਨਾ ਤੈਨੂੰ ਵੀ ਇਹ ਹੁਕਮ ਹੈ ਉਸ ਅਕਾਲ ਪੁਰਖ ਵੈਗਰੋ ਨੂੰ ਤੂੰ ਵੀ ਗਾ ਉਨੀ ਉਹਦੀ ਰਜ਼ਾ ਵਿੱਚ ਚੱਲਣ ਦਾ ਆਪਣਾ ਸੁਭਾਅ ਬਣਾ ਲਾ ਗਾਵੇ ਇੰਦ ਇੰਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇੰਦ ਦਾ ਅਰਥ ਇੱਥੇ ਇੰਦਰ ਹੈ ਦੇਵਤਿਆਂ ਦੀ ਸ਼੍ਰੇਣੀ ਨੂੰ ਜਦੋਂ ਤੁਸੀਂ ਪੜਚੋਲੋ ਇਹਨਾਂ ਦੀ ਆਪਣੀ ਗੱਲਬਾਤ ਹੈ ਇੰਦਰ ਜੀ ਹਰਾਂ ਦੀ ਵੈਸੇ ਵੀ ਇਹ ਹੈ ਵੀ ਆ ਜਿਹੜਾ ਬਰਸਾਤ ਵਾਲਾ ਅ ਮੈਂਕਮਾ ਕਹਿ ਲੋ ਉਹ ਇਹਨਾਂ ਨੂੰ ਦਿੱਤਾ ਹੈ ਸਿੰਚਾਈ ਮੰਤਰੀ ਕਹਿ ਲੋ ਵੀ ਇਹ ਨੇ ਵੈਸੇ ਇੰਦਰ ਦੇ ਅਰਥ ਵਿਦਵਾਨਾ ਜਿਹੜੇ ਕੀਤੇ ਉਹ ਬੜੇ ਭਾਪੂਰਤ ਨੇ ਜਿਹੜਾ ਆਪਣੇ ਇੰਦਰਿਆਂ ਦੇ ਅਧੀਨ ਹੈ ਜਿਹੜਾ ਆਪਣੇ ਇੰਦਰਿਆਂ ਦਾ ਦੁੜਾਇਆ ਹੋਇਆ ਹੀ ਦੌੜਦਾ ਫਿਰਦਾ ਹੈ ਵੈਸੇ ਵੀ ਤੁਸੀਂ ਇੰਦਰ ਜੀ ਹਰਾਂ ਦਾ ਕਿਰਦਾਰ ਨੂੰ ਘੋਖੋਗੇ ਤੇ ਪੜਦਿਆਂ ਪੜਦਿਆਂ ਖੁਦ ਨੂੰ ਲੱਜਾਏਗੀ ਵੀ ਨਹੀਂ ਦੇਵਤੇ ਐਸੇ ਨਹੀਂ ਹੁੰਦੇ ਜਿਵੇਂ ਇਹਨਾਂ ਦਾ ਕਿਰਦਾਰ ਪੇਸ਼ ਕੀਤਾ ਗਿਆ ਹੈ ਤੋ ਆਪਾਂ ਉਧਰ ਨਾ ਜਾਈਏ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇੰਦਰ ਜੀ ਵੀ तमाम ਆਪਣੇ ਦੇਵਤਿਆਂ ਨੂੰ ਨਾਲ ਲੈ ਕੇ ਬੈਠੇ ਹੋਏ ਅਕਾਲ ਪੁਰਖ ਵੈਗੁਰੂ ਦੇ ਦਰ ਤੇ ਅਕਾਲ ਪੁਰਖ ਦੀ ਹੀ ਸਿਫਤ ਸਲਾਹ ਕਰ ਰਹੇ ਹਨ ਗਾਵਹਿ ਸਿੱਧ ਸਮਦ ਦੀ ਅੰਦਰ ਗਾਵਨ ਸਾਧ ਵਿਚਾਰੇ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਵੈ ਗੁਰੂ ਤੁਹਾਡੇ ਦਰ ਤੇ ਬੜੇ ਬੜੇ ਸਿੱਧ ਔਰ ਬੜੀਆਂ ਬੜੀਆਂ ਲੰਬੀਆਂ ਸਮਾਧੀਆਂ ਲਾਉਣ ਵਾਲੇ ਔਰ ਸਿੱਧ ਲੰਬੀਆਂ ਲੰਬੀਆਂ ਸਮਾਧੀਆਂ ਲਾਉਣ ਵਾਲੇ ਔਰ ਇਸ ਤਰ੍ਹਾਂ ਦੇ ਅਨੇਕਾਂ ਵਿਚਾਰ ਕਰਨ ਵਾਲੇ ਸਾਧੂ ਜਨ ਏ ਵੀ ਤੁਹਾਡੇ ਦਰ ਤੇ ਤੁਹਾਨੂੰ ਗਾਰੇ ਹਨ ਤਿਆਰ ਹੈ ਹਨ ਜੀ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਬੀਰ ਕਰਾਰੇ ਸੇਵੈ ਗੁਰੂ ਜੀ ਤੁਹਾਡੀ ਕੁਦਰਤ ਦੇ ਅੰਦਰ अनेका ਜਤੀ ਸਤੀ ਔਰ ਸੰਤੋਖੀ ਚੰਗੇ ਜੀਵਨ ਵਾਲੇ দান ਕਰਨ ਵਾਲੇ ਦਾਨੀ ਔਰ ਇਸ ਤਰ੍ਹਾਂ ਦੇ ਜਤੀ ਸਤੀ ਸੰਤੋਖੀ ਤੁਹਾਡੇ ਦਰ ਤੇ ਇਹ ਵੀ ਤੁਹਾਨੂੰ ਗਾ ਔਰ ਤਿਆਰ ਐ ਹਨ ਤਰੀਏ ਕੋਰ ਵਿਚਾ